ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਅਗਜ਼ਾਮ ਸਟੱਡੀ ਵਿਦ ਜੋਬ ਅਲਰਟ ਤੇ ਸੋ ਇਹਦੇ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਬਿਜਲੀ ਮੰਤਰੀ ਨੇ ਸਪਸ਼ਟ ਕਰ ਦਿੱਤਾ ਹੈ ਸੋ ਕਿਹੜੇ-ਕਿਹੜੇ ਵਰਗਾਂ ਨੂੰ ਜਿਹੜੀ ਬਿਜਲੀ ਆ ਮੁਫਤ ਮਿਲੇਗੀ ਸੋ ਕਿੰਨਾ ਲੋਡ ਚਾਹੀਦਾ ਸੋ ਕਿਸ ਨੇ ਪੂਰਾ ਬਿੱਲ ਭਰਨਾ ਹੈ ਕਿਸ ਨੇ ਅੱਧਾ ਬਿੱਲ ਭਰਨਾ ਹੈ ਕਿਸ ਨੂੰ ਹੈ ਜਿਹੜੀਆਂ 600 ਪਲੱਸ ਜੁੰਟਾ ਹੋਣ ਤੇ ਪਲੱਸ ਜੁੰਟਾ ਦਾ ਬਿੱਲ ਭਰਨਾ ਪੈਗਾ ਕਿਸ ਨੂੰ ਪੂਰੀ ਜੁੰਟਾ ਦਾ ਬਿੱਲ ਜਿਹੜਾ ਭਰਨਾ ਪੈਗਾ ਸੋ ਇਹ ਕਲੀਅਰ ਹੈ ਜਿਹੜਾ ਹੋ ਚੁੱਕਿਆ ਹੈ ਸੋ ਇਹਦੇ ਵਿੱਚ ਇੱਕ ਮਸਲਾ ਜਿਹੜਾ ਕਾਫੀ ਗਰਮ ਚੱਲ ਰਹੇ ਹਨ ਸੋ ਪੂਰੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਾਂਗੇ ਬਿਜਲੀ ਮੰਤਰੀ ਨੇ ਜੋ ਸਪਸ਼ਟੀਕਰਨ ਦਿੱਤਾ ਹੈ ਸੋ ਸਾਰਾ ਤੁਹਾਨੂੰ ਕਲੀਅਰ ਹੋ ਜਾਏਗਾ ਸੋ ਡੇਲੀ ਅਪਡੇਟ ਮਿਲਦੀ ਰਹੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਵਾਲ ਤੇ ਪ੍ਰੈਸ ਜ਼ਰੂਰ ਕਰ ਲਿਓ ਤਾਂ ਸ਼ੇਅਰ ਕਰ ਦਿਓ ਜੀ ਪੂਰੀ ਜਾਣਕਾਰੀ ਜਨਰਲ ਵਰਗ ਨੂੰ 600 ਯੂਨਿਟ ਤੋਂ ਉੱਪਰ 12 ਯੂਨਿਟ ਹੋਣ ਤੇ ਪੂਰਾ ਬਿੱਲ ਦੇਣ ਸੰਬੰਧੀ ਭਖੇ ਮਾਮਲੇ ਤੋਂ ਬਾਅਦ ਮੰਗਲਵਾਰ ਨੂੰ ਪੰਜਾਬ ਦੇ ਬਿਜਲੀ ਮੰਤਰੀ ਹਰਪਾਜਨ ਸਿੰਘ ਈਟੀਓ ਨੇ ਆਪਣਾ ਸਪਸ਼ਟੀਕਰਨ ਜਾਰੀ ਕੀਤਾ ਹੈ ਉਹਨਾਂ ਨੇ ਕਿਹਾ ਕਿ ਮੁਫਤ ਬਿਜਲੀ ਦੀ ਸਹੂਲਤ ਸਿਰਫ 1 ਕਿਲੋਵਾਟ ਵਾਲੇ ਖ ਜਿਨ੍ਹਾਂ ਦਾ ਲੋਡ ਹੈ ਜਿਹੜਾ 1 ਕਿਲੋਵਾਟ ਹੈ ਤਾਂ ਉਹਨਾਂ ਨੂੰ ਇਹ ਸਹੂਲਤ ਹੈ ਜਿਹੜੀ ਮਿਲੇਗੀ 600 ਤੋਂ ਜ਼ਿਆਦਾ ਯੂਨਿਟ ਹੋਣ ਤੇ ਸਾਰੇ ਵਰਗਾਂ ਨੂੰ ਪੂਰਾ ਬਿਲ ਹੈ ਜਿਹੜਾ ਦੇਣਾ ਪਵੇਗਾ 1 ਕਿਲੋਵਾਟ ਤੋਂ ਉੱਪਰ ਜਨਰਲ ਕੈਟਾਗਰੀ ਦੀਆਂ ਸ਼ਰਤਾਂ ਜਿਹੜੀਆਂ ਲਾਗੂ ਹੋਣਗੀਆਂ ਜਿਨ੍ਹਾਂ ਦਾ ਲੋਡ 1 ਕਿਲੋਵਾਟ ਹੈ ਤਾਂ ਉਹਨਾਂ ਨੂੰ ਅਗਰ 600 ਯੂਨਟਾਂ ਨੇ 2 ਮਹੀਨੇ ਦੀਆਂ ਮਹੀਨੇ ਦੀ 300 ਯੂਨਟ ਹੈ ਅਗਰ 301 ਹੋ ਜਾਂਦੀ ਹੈ ਜਾਂ 602 ਹੋ ਜਾਂਦੀਆਂ ਨੇ ਜਿਨ੍ਹਾਂ ਦਾ ਲੋਡ 1 ਕਿਲੋਵਾਟ ਹੈ ਤਾਂ ਉਹਨੂੰ ਉੱਪਰ ਲੀਆਂ ਯੂਨਟਾਂ ਦਾ ਬਿਲ ਹੀ ਭਰਨਾ ਪਊਗਾ ਸਾਰੀਆਂ ਜੁਨਟਾਂ ਦਾ ਬਿੱਲੜਾ ਨਹੀਂ ਭਰਨਾ ਪਏਗਾ ਜਿਨ੍ਹਾਂ ਦਾ ਲੋਡ 1 ਕਿਲੋਵਾਟ ਤੋਂ ਵੱਧ ਹੈ ਅਤੇ ਜੋ 602 ਜਾਂ 301 ਜੁਨਟਾਂ ਮਚਾਉਂਦੇ ਨੇ ਤਾਂ ਉਹਨਾਂ ਨੂੰ ਸਾਰੀਆਂ ਜੁਨਟਾਂ ਦਾ ਬਿੱਲੜਾ ਭਰਨਾ ਪਊਗਾ ਚਾਹੇ ਕੋਈ ਵੀ ਕਾਸਟ ਹੈ ਸੋ ਇਹ ਸਪਸ਼ਟੀਕਰਨ ਹੈ ਜਿਹੜਾ ਉਹ ਪੰਜਾਬ ਦੇ ਬਿਜਲੀ ਮੰਤਰੀ ਵੱਲੋਂ ਦਿੱਤਾ ਗਿਆ ਪੰਜਾਬ ਸਰਕਾਰ ਨੇ 2 ਕਿਲੋਵਾਟ ਤੱਕ ਦੇ ਖਪਤਕਾਰਾਂ ਦੇ 31 ਦਸੰਬਰ 2021 ਤੱਕ ਦੇ ਸਾਰੇ ਬਕਾਏ ਜੋ ਬਿੱਲ ਸੀ ਉਹ ਮਾਫ ਕੀਤੇ ਨੇ ਸੋ ਪੰਜਾਬ ਸਰਕਾਰ ਦੇ ਵੱਲੋਂ ਬਿਜਲੀ ਦੇ 300 ਯੂਨਿਟ ਮੁਫਤ ਦਾ ਐਲਾਨ ਕੀਤਾ ਗਿਆ ਸੀ ਐਲਾਨ ਦੇ ਅਨੁਸਾਰ ਐਸﻲ ਕੈਟਾਗਰੀ ਨੂੰ 600 ਤੋਂ ਉੱਪਰ ਯੂਨਿਟ ਹੋਣ ਤੇ ਸਿਰਫ ਵਾਧੂ ਯੂਨਿਟਸ ਦਾ ਬਿੱਲ ਦੇਣ ਦਾ ਜਨਰਲ ਕੈਟਾਗਰੀ ਨੂੰ ਪੂਰਾ ਦਿਨ ਸਬੰਧਿਤ ਕਿਹਾ ਗਿਆ ਸੀ ਜਿਸ ਤੋਂ ਬਾਅਦ ਮਾਮਲਾ ਜਿਹੜਾ ਕਾਫੀ ਫੱਗ ਗਿਆ ਸੀ ਸੋ ਇਸੇ ਸਬੰਧੀ ਸਪਸ਼ਟੀਕਰਨ ਦਿੰਦੇ ਆ ਪੰਜਾਬ ਦੇ ਬਿਜਲੀ ਮੰਤਰੀ ਨੇ ਆਪਣਾ ਬਿਆਨ ਜਿਹੜਾ ਜਾਰੀ ਕੀਤਾ ਸੋ ਅੱਗੇ ਇਹ ਰਿਗਾਰਡਿੰਗ ਜੋ ਵੀ ਅਪਡੇਟਸ ਹੋਣਗੇ ਨਾਲ ਦੀ ਨਾਲ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਸੋ ਤੁਹਾਡੇ ਇਸ ਬ੍ਰਤੀ ਕੀ ਵਿਚਾਰ ਨੇ ਕਮੈਂਟ ਜਰੂਰ ਕਰਿਓ ਧੰਨਵਾਦ